ਲਖਨਊ ਦੀ 38 ਸਾਲਾ ਅਪਰਾਜਿਤਾ ਮਹਿਰਾ ਦੇ ਪਤੀ 7 ਦਿਨ ਪਹਿਲਾਂ ਕੋਰੋਨਾ ਨਾਲ ਜੂਝਣ ਤੋਂ ਬਾਅਦ ਚੱਲ ਵਸੇ। ਅਪਰਾਜਿਤਾ ਦੇ ਪਰਿਵਾਰ ਦੇ ਸਾਰੇ ਪੁਰਸ਼ ਕੋਰੋਨਾ ਨਾਲ ਪੀੜਿਤ ਸਨ। ਘਰ ਵਿੱਚ ਉਹ, ਉਹਨਾਂ ਦੀ ਸੱਸ ਅਤੇ 9 ਸਾਲਾਂ ਦਾ ਬੇਟਾ ਖੁਦ ਨੂੰ ਬੇਬਸ ਮਹਿਸੂਸ ਕਰ ਰਹੇ ਸਨ। ਅਜਿਹੀ ਔਖੀ ਘੜੀ ਵਿੱਚ ਅਪਰਾਜਿਤਾ ਨੇ ਲਖਨਊ ਵਿੱਚ ਮੁਫਤ ਲਾਸ਼ ਵਾਹਨ ਸੇਵਾ, ਇੱਕ ਕੋਸ਼ਿਸ਼ ਅਜਿਹੀ ਵੀ ਸ਼ੁਰੂ ਕਰਨ ਵਾਲੀ ਵਰਸ਼ਾ ਨੂੰ ਫੋਨ ਲਗਾ ਕੇ ਮਦਦ ਦੀ ਗੁਹਾਰ ਲਗਾਈ। ਵਰਸ਼ਾ ਅਤੇ ਉਹਨਾਂ ਦੀ ਟੀਮ ਤੁਰੰਤ ਹਾਜ਼ਰ ਹੋ ਗਈ ਅਤੇ ਅਪਰਾਜਿਤਾ ਦੇ ਪਤੀ ਦੀ ਲਾਸ਼ ਸ਼ਮਸ਼ਾਨ ਘਾਟ ਲੈ ਗਏ। ਅਪਰਾਜਿਤਾ ਇਕੱਲਿਆਂ ਹੀ ਆਪਣੇ ਪਤੀ ਦਾ ਦਾਹ ਸੰਸਕਾਰ ਕਰਨ ਪਹੁੰਚੇ, ਪਰ ਵਰਸ਼ਾ ਵਰਮਾ ਨੇ ਉਹਨਾਂ ਨੂੰ ਇਕੱਲਿਆਂ ਮਹਿਸੂਸ ਨਹੀਂ ਹੋਣ ਦਿੱਤਾ। ਅਪਰਾਜਿਤਾ ਅਜੇ ਵੀ ਸਦਮੇ ਤੋਂ ਉਭਰ ਨਹੀਂ ਸਕੇ, ਪਰ ਉਹਨਾਂ ਨੇ ਦੱਸਿਆ, ਵਰਸ਼ਾ ਮੇਰੇ ਨਾਲ ਸੀ, ਉਹ ਮੇਰੇ ਨਾਲ ਖੜੀ ਰਹੀ, ਭਾਵੇਂ ਉਹ ਮੈਨੂੰ 30 ਸਕਿੰਟ ਲਈ ਫੜ ਕੇ ਖੜੀ ਰਹੀ ਹੋਵੇ, ਪਰ ਮੈਨੂੰ ਉਸ ਪਲ ਇਕੱਲਾ ਮਹਿਸੂਸ ਨਹੀਂ ਹੋਇਆ। 6 ਦਿਨ ਪਹਿਲਾਂ ਵਰਸ਼ਾ ਨੇ ਲਖਨਊ ਵਿੱਚ ਆਪਣੇ ਇੱਕ ਕਰੀਬੀ ਦੋਸਤ ਮੇਹਾ ਸ਼੍ਰੀਵਾਸਤਵ ਨੂੰ ਗਵਾ ਦਿੱਤਾ ਸੀ। ਮੇਹਾ 38 ਸਾਲ ਦੀ ਸੀ ਅਤੇ ਕੋਵਿਡ ਪੀੜਿਤ ਹੋਣ ਕਰਕੇ ਸਾਹ ਲੈਣ ਵਿੱਚ ਦਿੱਕਤ ਕਾਰਨ ਉਹਨਾਂ ਦੀ ਮੌਤ ਹੋ ਗਈ। ਮੇਹਾ ਨੂੰ ਖੁਦ ਵਰਸ਼ਾ ਨੇ ਮੁੱਖ ਅਗਨੀ ਦਿੱਤੀ ਅਤੇ ਉੱਥੇ ਹੀ ਉਹਨਾਂ ਨੇ ਫਿਰ ਆਪਣੀ ਵਚਨਬੱਧਤਾ ਦੁਹਰਾਈ ਕਿ ਉਹ ਕੋਵਿਡ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਗਵਾਉਣ ਵਾਲੇ ਲੋਕਾਂ ਦੀ ਮਦਦ ਕਰੇਗੀ। ਕੋਵਿਡ ਦੇ ਨਵੇਂ ਵਾਇਰਸ ਦਾ ਖੌਫਨਾਕ ਹਮਲਾ ਅਤੇ ਲਾਗ ਫੈਲਣ ਦੇ ਡਰ ਨਾਲ ਕੋਵਿਡ ਪੀੜਿਤ ਲੋਕਾਂ ਤੋਂ ਉਹਨਾਂ ਦੇ ਪਰਿਵਾਰ ਵਾਲੇ ਵੀ ਦੂਰ ਰਹਿਣ ਲਈ ਮਜਬੂਰ ਨੇ। ਅੰਤਮ ਸੰਸਕਾਰ ਵਿੱਚ ਪਰਿਵਾਰ ਦੇ ਲੋਕ ਨਹੀਂ ਪਹੁੰਚ ਰਹੇ। ਵਰਸ਼ਾ ਆਪਣੇ ਤਜਰਬੇ ਨੂੰ ਯਾਦ ਕਰਦਿਆਂ ਦੱਸਦੀ ਹੈ, ਕੀ ਕਹੀਏ, ਅਸੀਂ ਤਾਂ ਉਹਨਾਂ ਪਰਿਵਾਰਾਂ ਵਿੱਚੋਂ ਵੀ ਲਾਸ਼ਾਂ ਚੁੱਕੀਆਂ ਨੇ ਜਿੱਥੇ ਪੂਰਾ ਪਰਿਵਾਰ ਬਾਹਰ ਖੜਾ ਹੋ ਕੇ ਸਾਡਾ ਵੀਡੀਓ ਬਣਾ ਰਿਹਾ ਸੀ, ਪਰ ਲਾਸ਼ ਨੂੰ ਕੋਈ ਵੀ ਹੱਥ ਲਗਾਉਣ ਨਹੀਂ ਆਉਂਦਾ ਹੈ। ਵਰਸ਼ਾ ਨੇ ਪਿਛਲੇ 2 ਸਾਲਾਂ ਤੋਂ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨਾ ਸ਼ੁਰੂ ਕੀਤਾ ਸੀ, ਪਰ ਪਿਛਲੇ ਸਾਲ ਤੋਂ ਕੋਵਿਡ ਸੰਕਟ ਨੇ ਉਹਨਾਂ ਦੇ ਕੰਮ ਦਾ ਦਾਇਰਾ ਵਧਾ ਦਿੱਤਾ ਹੈ। ਹਾਲਾਂਕਿ ਅਜੇ ਵਰਸ਼ਾ ਅਤੇ ਉਹਨਾਂ ਦੀ 2 ਮੈਂਬਰੀ ਟੀਮ ਕੋਲ ਵਧੇਰੇ ਸਾਧਨ ਨਹੀਂ ਨੇ। ਸਿਰਫ ਇੱਕ ਕਿਰਾਏ ਦੀ ਪੁਰਾਣੀ ਵੈਨ ਹੈ ਜਿਸ ਦੀਆਂ ਸੀਟਾਂ ਉਖਾੜ ਕੇ ਉਹਨਾਂ ਨੇ ਸਟ੍ਰੈਚਰ ਰੱਖਣ ਦੀ ਥਾਂ ਬਣਾਈ ਹੋਈ ਹੈ। ਮੇਹਾ ਦੀ ਮੌਤ ਤੋਂ ਬਾਅਦ ਵਰਸ਼ਾ ਆਪਣੀ PPE ਕਿੱਟ ਪਹਿਨ ਕੇ ਰੋਜ਼ ਸਵੇਰੇ ਨਿਕਲ ਪੈਂਦੀ ਹੈ। ਉਹਨਾਂ ਨੇ ਆਪਣਾ ਫੋਨ ਨੰਬਰ ਵੀ ਜਨਤਕ ਕਰ ਦਿੱਤਾ ਹੈ। BBC ਨਾਲ ਫੋਨ ਤੇ ਗੱਲ ਕਰਦਿਆਂ ਵਰਸ਼ਾ ਲਖਨਊ ਦੇ ਇੰਦਰ ਨਗਰ ਸਥਿਤ ਸਰਕਾਰੀ ਲੋਹੀਆ ਹਸਪਤਾਲ ਪਹੁੰਚ ਗਈ ਸੀ। ਉੱਥੇ ਹੀ ਉਹਨਾਂ ਨੇ ਆਪਣਾ ਫੋਨ ਡਾਕਟਰ ਗੌਰਵ ਗੁਪਤਾ ਨੂੰ ਸੌਂਪ ਦਿੱਤਾ। ਡਾਕਟਰ ਗੁਪਤਾ ਲੋਹੀਆ ਹਸਪਤਾਲ ਦੇ ਕੋਵਿਡ ਕੰਟਰੋਲ ਰੂਮ ਦੇ ਇੰਚਾਰਜ ਨੇ। ਇੰਨੀ ਦਿਨੀ ਡਾਕਟਰ ਗੁਪਤਾ ਦੀ ਟੀਮ ਦੇ 4 ਡਾਕਟਰਾਂ ਵਿੱਚੋਂ 3 ਡਾਕਟਰ ਕੋਵਿਡ ਪੋਜ਼ਿਟਿਵ ਹੋ ਚੁੱਕੇ ਨੇ। ਡਾਕਟਰ ਗੁਪਤਾ ਵਰਸ਼ਾ ਵਰਮਾ ਦੀਆਂ ਕੋਸ਼ਿਸ਼ਾਂ ਦਾ ਸ਼ੁਕਰੀਆ ਅਦਾ ਕਰਦਿਆਂ ਹੋਇਆਂ ਕਹਿੰਦੇ ਨੇ, ਬਹੁਤ ਵੱਡੀ ਮਦਦ ਕਰ ਰਹੇ ਉਹਨਾਂ ਵਰਗੇ ਲੋਕ। ਜੋ ਡਰਾਈਵਰ ਸਾਡਾ ਲਾਸ਼ ਵਾਹਨ ਚਲਾਉਂਦਾ ਹੈ ਉਹ ਕੋਵਿਡ ਪੋਜ਼ਿਟਿਵ ਹਨ। ਅਸੀਂ ਇੱਕ ਨਵਾਂ ਡਰਾਈਵਰ ਰੱਖਿਆ ਹੈ। ਜਦੋਂ ਲਾਸ਼ਾਂ ਦੀ ਗਿਣਤੀ ਵੱਧਦੀ ਹੈ ਤਾਂ ਅਸੀਂ CMO ਦਫ਼ਤਰ ਤੋਂ ਲਾਸ਼ ਵਾਹਨ ਮੰਗਦੇ ਸੀ, ਪਰ ਅੱਜ ਕੱਲ੍ਹ ਉਹ ਮਸਰੂਫ ਹਨ, ਵਾਹਨ ਸਾਨੂੰ ਮਿਲ ਨਹੀਂ ਰਹੇ। ਪਰ ਵਰਸ਼ਾ ਦੀਆਂ ਕੋਸ਼ਿਸ਼ਾਂ ਨਾਲ ਅਸੀਂ ਲਾਸ਼ਾਂ ਤੁਰੰਤ ਕੱਢ ਰਹੇ ਹਾਂ। ਇਸ ਨਾਲ ਘਰ ਵਾਲਿਆਂ ਲਈ ਵੀ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਅਤੇ ਸਾਨੂੰ ਵੀ ਕੋਈ ਪਰੇਸ਼ਾਨੀ ਨਹੀਂ ਆ ਰਹੀ। ਬੀਤੇ ਬੁੱਧਵਾਰ ਨੂੰ ਇਸੇ ਤਰ੍ਹਾਂ 8 ਲੋਕਾਂ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਘਾਟ ਪਹੁੰਚਾਇਆ ਗਿਆ। ਬੀਤੇ 6 ਦਿਨਾਂ ਵਿੱਚ ਵਰਸ਼ਾ ਵਰਮਾ ਦੀ ਟੀਮ ਨੇ 3 ਦਰਜਨ ਤੋਂ ਵੀ ਵੱਧ ਕੋਵਿਡ ਲਾਗ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਸ਼ਮਸ਼ਾਨ ਤੱਕ ਪਹੁੰਚਾਇਆ ਹੈ। ਵਰਸ਼ਾ ਦਾ ਕਹਿਣਾ ਹੈ, ਉਹਨਾਂ ਦੇ ਕੰਮ ਲਈ ਲੋਕ ਆਰਥਿਕ ਮਦਦ ਤਾਂ ਦਿੰਦੇ ਨੇ, ਪਰ ਉਹਨਾਂ ਨੂੰ ਇਸ ਕੰਮ ਨੂੰ ਜਾਰੀ ਰੱਖਣ ਲਈ ਲੋਕਾਂ ਦੀ ਸਖ਼ਤ ਲੋੜ ਹੈ। ਵਰਸ਼ਾ ਨੇ ਦੱਸਿਆ, ਮੈਨੂੰ ਆਰਥਿਕ ਤੌਰ 'ਤੇ ਤਾਂ ਲੋਕਾਂ ਦੀ ਮਦਦ ਆ ਰਹੀ ਹੈ, ਪਰ ਕੋਈ ਸਾਡੀ ਟੀਮ ਦੇ ਨਾਲ ਆ ਕੇ ਇਸ ਕੰਮ ਨੂੰ ਨਹੀਂ ਕਰਨਾ ਚਾਹੁੰਦਾ। ਹੈਲਪਿੰਗ ਹੈਂਡ ਨਹੀਂ ਮਿਲ ਰਹੇ ਅਤੇ ਕੋਰੋਨਾ ਕਰਕੇ ਸਾਡਾ ਕੰਮ ਕਾਫ਼ੀ ਵੱਧ ਗਿਆ ਹੈ। ਵਰਸ਼ਾ ਵਰਮਾ ਲਖਨਊ ਵਿੱਚ ਆਪਣੇ ਪਰਿਵਾਰ ਯਾਨੀ 14 ਸਾਲਾਂ ਦੀ ਬੇਟੀ ਅਤੇ ਪਤੀ ਦੇ ਨਾਲ ਰਹਿੰਦੇ ਨੇ। ਉਹਨਾਂ ਦੇ ਪਤੀ PWD ਵਿੱਚ ਇੰਜੀਨੀਅਰ ਨੇ। ਪਰਿਵਾਰ ਵਾਲੇ ਵਰਸ਼ਾ ਦੀ ਫਿਕਰ ਤਾਂ ਕਰਦੇ ਨੇ, ਪਰ ਪੂਰਾ ਸਮਰਥਨ ਵੀ ਦਿੰਦੇ ਨੇ। ਵਰਸ਼ਾ ਇੱਕ ਸਮਾਜਿਕ ਵਰਕਰ ਵਜੋਂ ਸਰਗਰਮ ਨੇ। ਉਹ ਕੁੜੀਆਂ ਨੂੰ ਸੈਲਫ ਡਿਫੈਂਸ ਦੀ ਟ੍ਰੇਨਿੰਗ ਵੀ ਦਿੰਦੇ ਨੇ ਅਤੇ ਜੂਡੋ ਵੀ ਸਿਖਾਉਂਦੇ ਨੇ। ਆਪਣੀ ਬੇਟੀ ਲਈ ਉਹ ਇੱਕ ਰੋਲ ਮਾਡਲ ਤੋਂ ਘੱਟ ਨਹੀਂ ਨੇ। ਹਾਲਾਂਕਿ ਵਰਸ਼ਾ ਨੂੰ ਪਤਾ ਹੈ ਕਿ ਕੋਵਿਡ ਲਾਗ ਕਿੰਨੀ ਤੇਜ਼ੀ ਨਾਲ ਲੋਕਾਂ ਨੂੰ ਚਪੇਟ ਵਿੱਚ ਲੈ ਰਹੀ ਹੈ, ਇਸ ਲਈ ਉਹ ਆਪਣੇ ਵੱਲੋਂ ਸਾਰੇ ਅਹਿਤਿਆਤ ਵਰਤਦੇ ਨੇ। ਉਹ ਹੱਸਦਿਆਂ ਹੋਇਆਂ ਕਹਿੰਦੇ ਨੇ, ਮੈਨੂੰ ਲੱਗਦਾ ਹੈ ਕਿ ਹੁਣ ਮੇਰੇ ਤੋਂ ਕੋਰੋਨਾ ਹੀ ਡਰ ਜਾਵੇਗਾ।